ਦੇਖੋ ਕੌਣ ਕੀ ਕਹਿ ਰਿਹਾ, ਮੈਂ ਵੀ ਸਵੇਰੇ ਜਦੋਂ ਆਉਣ ਲੱਗਿਆ ਜਦੋਂ ਦੀ ਆ ਖਬਰ ਮੈਂ ਦੇਖੀ, ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ, ਮੇਰੀ ਕੋਈ ਕਮੈਂਟ ਕਹਿ ਲਓ, ਪੰਜਾਬ ਦੇ ਲੋਕਾਂ ਨੂੰ ਅਪੀਲ ਕਹਿ ਲਓ, ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ, ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ। ਅਤੇ ਮੈਂ ਖਾਸ ਤੌਰ 'ਤੇ ਕਹਿੰਦਾ ਰਿਹਾ, ਚਾਹੇ ਇੱਕ ਪਰਟੀਕੁਲਰ ਕੇਸ 'ਚ ਮੈਂ ਕਿਹਾ ਸੀਗਾ, ਪੱਗ ਬੰਨਣ ਨਾਲ ਕੋਈ ਸਰਦਾਰ ਨਹੀਂ ਹੁੰਦਾ, ਅਤੇ ਕੋਈ ਐਵੇਂ ਤਿਲਕ ਲਾ ਕੇ ਹਿੰਦੂ ਨਹੀਂ ਹੁੰਦਾ। ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ। ਲੋਕਾਂ ਨੂੰ ਵਾਰ ਵਾਰ ਠੱਗਿਆ ਗਿਆ, ਬੇਵਕੂਫ ਬਣਾਇਆ ਗਿਆ, ਦੇਰ ਆਰ ਬਹਿਰੂਪੀ ਹੈ ਸ਼ਾਰਲਟਨਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਸ ਕਿਸਮ ਦੇ ਬਹਿਰੂਪੀ ਹੈ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ, ਕਈਆਂ ਨੇ ਸੰਵਿਧਾਨ ਦੀ ਓਟ ਲੈ ਲਈ ਅਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ, ਅਸੀਂ ਤਾਂ ਸਮਾਜ ਸੇਵੀ ਹਾਂ ਜੀ, ਡਰੱਗ ਮਿਟਾਉਣ ਆਏ ਹਾਂ। ਇਹਨਾਂ ਲੋਕਾਂ ਤੋਂ ਬਚ ਕੇ ਰਹਿਣ, ਆਹ ਜਿਹੜੇ ਚੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ, ਤਾਂ ਇੱਕ ਪਹਿਲੇ ਵਾਲਾ ਬਾਬਾ ਤਾਂ ਅਜੇ ਸੂਤ ਨਹੀਂ ਆਇਆ। ਅਤੇ ਇਸ ਕਿਸਮ ਦੇ ਲੋਕਾਂ ਤੋਂ ਠੱਗਣ ਤੋਂ ਬਚਿਆ ਜਾਵੇ ਸਾਹਿਬ, ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ, ਭਾਵੁਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ। ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ, ਇਸਨੂੰ ਬਚਾ ਕੇ ਰੱਖਾਂਗੇ। ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰ ਇਸ ਕਿਸਮ ਦੀ ਘਟਨਾ, ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ, ਰਸਤੇ 'ਚ ਆ ਰਹੇ ਮੈਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ, ਹੁਣ ਪਤਾ ਨਹੀਂ ਕੀ ਬਹਾਨੇ ਬਣਾਉਣਗੇ, ਬਟ ਅਸਲੀਅਤ ਸਾਹਮਣੇ ਆ ਗਈ। ਇਟ ਇਜ਼ ਸਿਮਿਲਰ ਔਰ ਅਕਿਨ ਟੂ ਜਦੋਂ 2000 ਕਿਹੜਾ ਇਲੈਕਸ਼ਨ ਸੀ ਜਿਹਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ, ਆਮ ਆਦਮੀ ਪਾਰਟੀ ਦੇ ਟੈਰਰਿਸਟ ਦੇ ਘਰੇ ਰੁਕੇ ਸੀਗੇ, 17 'ਚ ਹੋਇਆ ਸੀ ਨਾ ਜੀ, ਜਿਹੜਾ ਉੱਥੇ ਜਾ ਕੇ ਰੁਕਿਆ ਕੇਜਰੀਵਾਲ ਸਾਹਿਬ, ਅਤੇ ਸਾਰਾ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ। ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ, ਵਕਤ ਰਹਿੰਦੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਕੀ ਹੈ। ਮੈਂ ਤਾਂ ਇੰਨਾ ਹੀ ਕਹੂੰਗਾ ਬਾਕੀ ਆਉਣ ਵਾਲਾ।